वाहिगुरु जी का खालसा, श्री वाहिगुरु जी की फतेह। हाँ जी, मैं हरजीत कौर, अपने चैनल से स्वागत है। असी सारे ठीक ठाक हाँ जी, वाहिगुरु जी कृपा नाल। तुसीं सारे ठीक हो? पता नहीं क्यों है ना, बेड़ा उठण ज गया, रेता रेता ही हो गया। कदे कदे रड़ा रड़ा निकलिया हुंदा सी। वाहिगुरु तो कल मैं पैप ला के सड़क पर सी, अज धुप चढ़ गई छुट्टी करके। बस पहले मैं बैठी रही, घरों चो के बैठ गई। जब बस तुम पता ही है, जो मोबाइल हाथ से लैके बह जा, टाइम लग गया। पार हो गया, चलो छुट्टी हुई है, कर लाँगे। दिन हैगा अज ऐतवार, सारा सारा बाकी ਘਾਲ ਕੇ ਮਿੱਠੀ ਲਾਵਾਂਗੇ ਇੱਥੇ। ਹਜੇ ਮੈਂ ਠੰਡ ਵੀ ਹੋਰ ਹੋ ਜਾਣ ਅਤੇ ਗਰਮੀ ਵਾਲੀ ਹੋਣਾ ਨਹੀਂ ਸਮਾਨ। ਮੈਂ ਟਿਕਨ ਪੈਰ ਕਰੀਸ ਕੇ ਤਾਂ ਤੁਰ ਜਾਣ ਪੈਣ। ਮੈਂ ਕੀ ਕਰਾਂ, ਮੇਰਾ ਗਿੱਟਾ ਦੁਖਦਾ ਆਪਦੇ ਆਪ, ਇੱਧਰਲਾ ਪੈਰ ਘੜੀਸਿਆ ਜਾਂਦਾ, ਗਿੱਟਾ ਦੁਖਦਾ, ਪਤਾ ਨਹੀਂ ਕੀ ਗੱਲ। ਅੱਜ ਪੈਰ ਵੀ ਦੁਖੀ ਜਾਂਦਾ, ਅੱਗੇ ਤਾਂ ਗਿੱਟੇ ਹੀ ਦੁਖਦਾ ਹੁੰਦਾ ਸੀ ਇਕੱਲਾ, ਅੱਜ ਪੈਰ ਵੀ ਦੁਖਣ ਲੱਗ ਗਿਆ ਨਾਲ। ਜਿੱਦਾਂ ਪੈਰ ਵੱਧ ਦੁਖਦਾ, ਉਹਦੇ ਨਾਲ ਵੱਧ ਘੜੀਸਾ ਘੜੀਸ ਸ਼ੁਰੂ ਹੋ ਜਾਂਦੀ। ਮੈਂ ਇਹੀ ਗੋਡਾ ਦੁਖਦਾ, ਇਹ ਵੀ ਪੈਰ ਦੁਖਦਾ। ਗੁਰਮਨ ਤੂੰ ਕੈਸੀ ਨਾ ਲਾ, ਭੈਣ ਤਾਂ ਕੱਲ ਨਾ ਕਦੇ ਨੇੜ ਲਿਆ ਕੰਮ ਇਹ ਤਾਂ ਸ਼ਰਾਬ ਦਾ, ਤੂੰ ਨਾ ਲਾ ਜਿੱਤ ਸਰੇਹਾ ਨਾ ਲਾ। ਠੰਡੇ ਠੰਡੇ ਸੁੱਕ ਜਾਣਗੇ, ਫਿਰ ਗਰਮੀ ਚਿਪ ਚਿਪ ਜਿਹੀ ਹੋਈ ਜਾਂਦੀ ਰਹਿੰਦੀ ਹੈ। ਚਲੋ ਜੀ, ਸੰਭਵ ਨੂੰ ਟਾਈਮ ਲੱਗੂਗਾ, ਆਪਾਂ ਬਾਅਦ 'ਚ ਮਿਲ ਦਿਆਂਗੇ। ਲਓ ਜੀ, ਜਿਹੜੇ ਟਾਈਮ ਆ ਹੁਣ ਵੱਜ ਗਏ ਨੇ ਤਿੰਨ, ਤਿੰਨ ਵੱਜ ਗਏ ਕਿ ਰਹਿੰਦੇ ਨੇ ਮਿੰਟ ਗੁਰਮਣ ਹਜੇ ਢਾਈ ਵੱਜ ਗਏ, ਢਾਈ ਵੱਜ ਗਏ ਨੇ। ਮੈਂ ਤਾਂ ਤਿੰਨ ਬਣਾਈ ਬੈਠੀ ਸੀ, ਪੜਸਾਵਾਂ 'ਚ ਹੋ ਗਿਆ, ਹੁਣ ਪੜਸਾਵੇਂ ਢਾਲਣ ਲੱਗ ਗਏ। ਅਤੇ ਆਪਾਂ ਬਣਾਵਾਂਗੇ ਅੱਜ ਕੱਦੂ, ਇੱਕ ਤੋਰੀ ਹੈ ਇੱਕ ਕੱਦੂ ਹੈ, ਦੁੱਧ ਪਾ ਕੇ, ਕਾਲੀ ਮਿਰਚ ਪਾ ਕੇ, ਹਰੀ ਮਿਰਚ ਪਾ ਕੇ ਸਬਜ਼ੀ ਬਣਾਵਾਂਗੇ ਅੱਜ, ਪੱਕੀ ਆ ਕੱਦੂ। ਅਤੇ ਅੱਡੋ ਅੱਡ ਏਰੀਆ ਦਾ ਹਿਸਾਬ ਆ ਹੈ ਨਾ, ਬੋਲੀ ਦਾ। ਸਾਡੇ ਤਾਂ ਇਕੱਲਾ ਕੱਦੂ ਕਹਿੰਦੇ ਨੇ, ਭੈਣਾਂ ਕਹਿੰਦੇ ਨੇ ਵੀ ਸਾਡੇ ਘੀਆ ਕਹਿੰਦੇ ਨੇ ਨਾਲ। ਅੱਡੋ ਅੱਡ ਏਰੀਏ ਦੇ ਹਿਸਾਬ ਨਾਲ ਬੋਲੀ ਹੈ। ਪਹਿਲਾਂ ਆਪਾਂ ਸਿਲਕਾ ਲਾਹਾਂਗੇ, ਫਿਰ ਆਪਾਂ ਇਹਨੂੰ ਧੋਵਾਂਗੇ, ਫਿਰ ਆਪਾਂ ਸਿੱਲਾਂਗੇ। ਅਤੇ ਅੱਜ ਨਹੀਂ, ਅਸੀਂ ਨਾ ਸਬਜ਼ੀ ਬੀਬੀ ਕੱਟਦੀ ਹੁੰਦੀ ਹੈਗੀ, ਜਦੋਂ ਬੀਬੀ ਨਾ ਹੋਵੇ ਉੱਤੇ ਮੈਂ ਕੱਟਦੀ ਹਾਂ। ਅਤੇ ਸਬਜ਼ੀ ਕੱਟਣ 'ਤੇ ਵੀ ਜਿਹੜਾ ਟਾਈਮ ਆ ਬਹੁਤ ਲੱਗ ਜਾਂਦਾ ਹੈਗਾ, ਤਾਂ ਹੀ ਤਾਂ ਕਰਕੇ ਅੱਜ ਮੈਂ ਸੁਨੇਹਾ ਚੱਕ ਲਈ ਸਬਜ਼ੀ। ਮੈਂ ਬੀਬੀ ਨੂੰ ਟਾਈਮ ਲੱਗੂਗਾ, ਆ ਜੇ ਹੁਣ ਆ ਜੇ ਆਵੇ ਨਾ, ਦੋ ਘੰਟੇ ਨਾ ਆਵੇ ਹੈ ਨਾ। ਅਤੇ ਬੀਬੀ ਅੱਜ ਗਈ ਹੋਈ ਆਪਣੀ ਭਤੀਜੀ ਘਰ, ਦੂਰ ਆ ਘਰ ਉਹਨਾਂ ਦਾ, ਦੋ ਭਤੀਜੀਆਂ ਨੇ ਉਹਦੀਆਂ, ਉੱਧਰ ਦੂਰ ਆ ਘਰ, ਦੋਨਾਂ ਦੀ ਜਾ ਕੇ ਆਊਗੀ ਫਿਰ। ਅਤੇ ਮੈਂ ਹੁਣ ਕੱਟ ਲੈਣੀ ਸਬਜ਼ੀ, ਸਵੇਰ ਦੀ ਗਈ ਆ 11 ਵਜੇ ਦੀ। ਪਹਿਲਾਂ ਬਸ ਉਹੀ ਗੱਲ ਆ ਹੈ ਨਾ, ਨਾ ਸੁੱਤੀ ਨਾ ਕੱਪਿਆ, ਕੁਛ ਵੀ ਨਹੀਂ ਹੋਇਆ, ਫੋਨ 'ਤੇ ਟਾਈਮ ਪਾਸ ਹੋਇਆ, ਕੋਈ ਕੰਮ ਨਹੀਂ ਹੋਇਆ। ਦੁਪਹਿਰ ਅੱਗੇ ਮੈਂ ਇੰਨਾ ਕੰਮ ਕਰ ਲਿਆ, ਅੱਜ ਨਾ ਮੈਂ ਮੱਝਾਂ ਨਵਾ ਕੇ
ਦੁਬਾਰਾ ਤੋਂ ਗੋਹਾ ਸਿੱਟ ਕੇ ਸਾਈਡ ਦੇ ਵਿੱਚ ਬਹੁਤ ਮੱਛਰਦਾਨੀ ਲਾਹੀ ਸੀ ਪਰਸੋਂ, ਬਹੁਤ ਹੀ ਜਾਲੇ ਲੱਗੇ ਪਏ ਸੀਗੇ ਸਾਈਡ 'ਚ, ਅਤੇ ਉਹ ਸਾਫ਼ ਜਿਹਾ ਕਰਨ ਲੱਗ ਗਈ ਇੰਨੇ, ਫਿਰ ਇੱਧਰ ਕਮਰੇ 'ਚ ਪੋਚਾ ਲਾਉਣ ਲੱਗ ਗਈ। ਮੈਂ ਇਸ ਤਰ੍ਹਾਂ ਕਰਦੀ ਹੁੰਦੀ ਹਾਂ ਕਿਉਂਕਿ ਊਂ ਤਾਂ ਫਿਰ ਬਾਹਰ ਟਾਈਮ ਲੱਗਦਾ, ਇੱਕ ਦਿਨ ਦਰਵਾਜ਼ੇ 'ਚ ਦਰਵਾਜ਼ੇ 'ਚ ਲਾ ਲੈਂਦੀ ਹਾਂ ਪੋਚਾ, ਇੱਕ ਦਿਨ ਕਮਰਿਆਂ 'ਚ ਲਾ ਲੈਂਦੀ ਹਾਂ, ਫਿਰ ਦਰਵਾਜ਼ੇ ਟਾਈਮ ਬਾਅਦ ਲੱਗਦਾ। ਜੇ ਦਰਵਾਜ਼ੇ 'ਚ ਲਾਇਆ ਨਹੀਂ ਹੈਗਾ, ਕੱਲ੍ਹ ਨੂੰ ਦਰਵਾਜ਼ੇ 'ਚ ਲਾਊਂ, ਕਮਰਿਆਂ 'ਚ ਨਹੀਂ ਲਾਉਂਦੀ। ਇਸ ਤਰ੍ਹਾਂ ਅੱਧੇ ਘਰ 'ਚ ਇੱਕ ਦਿਨ ਲਾ ਲੈਂਦੀ ਹਾਂ ਪੋਚੇ, ਅੱਧੇ ਘਰ 'ਚ ਇੱਕ ਦਿਨ ਲਾ ਲੈਂਦੀ ਹਾਂ, ਕਿਉਂਕਿ ਜੇ ਸਾਰੇ ਘਰ 'ਚ ਰੋਜ਼ ਲਾਉਣੇ ਫਿਰ 12 ਵੱਜ ਜਾਂਦੇ ਨੇ, 1 ਵੱਜ ਜਾਂਦਾ, ਫਿਰ ਹੈ ਨਾ ਰੈਸਟ ਕਰਨ ਦਾ ਟਾਈਮ ਨਹੀਂ ਹੁੰਦਾ। ਸਰਦਾਰ ਜੀ ਦਾ ਨਹਿਰ ਦਾ ਪਾਣੀ ਵੱਢਿਆ ਹੋਇਆ ਸੀ, ਹੁਣ ਚਾਹ ਪੀਣ ਆਏ ਸੀਗੇ। ਤੜਕੇ ਸੁਖਮਨ ਦਾ ਅਤੇ ਗੁਰਮਨ ਦਾ ਹੈਗਾ ਜੀ ਪੇਪਰ, ਅਤੇ ਇਹ ਕਰਨਗੀਆਂ ਆਪਦਾ ਪੇਪਰ, ਅਤੇ ਉਹਨਾਂ ਵਾਸਤੇ ਨਾ ਪਿੰਨ ਪੁੰਨ ਜੇ ਹੈ ਨਹੀਂ ਸੀਗੇ, ਘਰ ਮੁੱਕੇ ਪਏ ਸੀ, ਤਾਂ ਅਸੀਂ ਇਕੱਠੇ ਲਿਆ ਕੇ ਰੱਖ ਦਿਆਂਗੇ। ਮਿਲ ਗਿਆ ਕੁਛ ਮੂੰਹ ਤਾਂ ਅਸੀਂ ਇਕੱਠੇ ਲਿਆਉਣੇ ਹੁੰਦੇ ਹਾਂ, ਦੇਖੋ ਦੁਕਾਨ ਤੋਂ ਆਏ ਨੇ, ਕਹਿੰਦੇ ਦੁਕਾਨ 'ਤੇ ਖਾਣ ਨੂੰ ਹੈ ਨਹੀਂ ਸੀ ਕੁਛ, ਕੰਜੂਸ ਆ ਇੰਨਾ ਕੰਜੂਸ ਬੰਦਾ ਨਾ, ਬਹੁਤ ਹੀ ਪਾਸੇ ਕੱਪੜੇ ਪਾਈ ਫਿਰਦਾ ਕੰਜੂਸ। ਅਤੇ ਨਹਿਰ ਦਾ ਪਾਣੀ ਵੱਢਿਆ ਹੋਇਆ, ਚਾਹ ਪੀਣ ਆਏ ਸੀ ਸੁਖਮਨ, ਕਹਿੰਦੀ ਗੁਰਮਨ ਕਹਿੰਦੀ ਮੰਮਾ ਡੈਡੀ ਮੈਨੂੰ ਸਮਾਨ ਲਿਆ ਕੇ ਦਿਓ ਤੜਕੇ ਜਿਹੜਾ ਚਾਹੀਦਾ ਹੈਗਾ, ਕੱਲ੍ਹ ਨੂੰ ਤਾਂ ਅਸੀਂ ਪਿੰਨ ਇਕੱਠੇ ਲਿਆ ਕੇ ਰੱਖ ਦਿਆਂਗੇ, ਪਰ ਹੁਣ ਪਿੰਨ ਖਤਮ ਹੋ ਪਏ ਸੀ ਘਰ, ਅਤੇ ਅੱਜ ਫਿਰ ਇੱਥੋਂ ਹੀ ਲਿਆ ਕੇ ਦਿੱਤੇ ਨੇਗੇ। ਅਤੇ ਹੁਣ ਇਹਨੇ ਨਹਿਰ ਦਾ ਪਾਣੀ ਵੱਢਿਆ ਹੋਇਆ ਗਾ, 5 ਵਜੇ ਤੱਕ ਫੇਰ ਹੀ ਰਹਿਣਗੇ, 5:30 ਵਜੇ ਆਉਣਗੇ, ਅਤੇ ਨਹਿਰ ਦਾ ਪਾਣੀ ਵੱਢਿਆ ਹੋਇਆ ਜੀ, ਬਾਰੀ ਹੈਗੀ ਜਿਹੜਾ ਘਰ ਦਾ ਕੰਮ, ਫਿਰ ਜਦੋਂ ਬੀਬੀ ਨਾ ਘਰੇ ਹੋਵੇ, ਇਹ ਨਾ ਘਰੇ ਹੋਣ, ਫਿਰ ਸਾਰਾ ਮੇਰੇ 'ਚ ਹੋ ਜਾਂਦਾ, ਜਦੋਂ ਸਾਰੇ ਘਰੇ ਹੁੰਦੇ ਫਿਰ ਸਾਰੇ ਵੰਡ ਚੁੰਡ ਕੇ ਕਰ ਲੈਂਦੇ ਕੰਮ, ਤਾਂ ਕਰਕੇ ਮੈਂ ਅੱਜ ਸਬਜ਼ੀ ਸਨੇਹਾ ਚੱਕ ਲਈ, ਬਸ ਉਹਦੀ ਬਣਾ ਦੂੰਗੀ ਸਬਜ਼ੀ, ਅਤੇ ਮੱਝ ਦਾ ਦਾਣਾ ਦੂਣਾ ਮੈਂ ਧਰਿਆ ਹੀ। ਧੰਨਵਾਦ ਭੈਣੇ, ਬਹੁਤ ਸਾਰੀਆਂ ਭੈਣਾਂ ਨੇ ਕਮੈਂਟ ਕੀਤੇ, ਦੀਦੀ ਤੁਸੀਂ ਆਹ ਪਾ ਦਿਓ ਆਹ ਪਾ ਦਿਓ, ਹੁਣ ਨਾ ਕੱਲ੍ਹ ਕਦਾ ਵੱਧ ਗਈ ਮੱਝ ਦੁੱਧ, ਅਤੇ ਵਧੀਆ ਦੇਣ ਲੱਗ ਗਈ ਹੁਣ, ਕਲਕ ਦਾ ਬਦਲੀ ਕੁਛ ਇਸ ਤੋਂ ਵੀ ਦੁੱਧ ਅੱਗੇ ਨਾਲੋਂ, ਅਤੇ ਇਹ ਅੱਗੇ ਸੱਜਲ ਸੂਈ ਮੱਝ 14 ਲੀਟਰ 13 ਲੀਟਰ ਤਾਂ ਦਿੰਦੀ ਸੀਗੀ ਹੈਗੀ ਸੀ, ਜਿਹੜੀ 9 ਕਿਲੋ ਤੋਂ 9.5 ਕਿਲੋ ਤੋਂ ਨਹੀਂ ਵਧੀ ਹੈਗੀ, 9.5 ਕਿਲੋ ਤਾਂ ਹੈਗਾ ਗਾ। ਅਤੇ ਆਪਾਂ ਨੂੰ ਐਂ ਹੁੰਦਾ ਵੀ ਪਿਛਲੇ ਸਾਲ ਇੰਨਾ ਚੋਇਆ ਸੀ ਦੁੱਧ, ਹੈ ਨਾ, ਇਹ ਘੱਟ ਹੈ। ਬਹੁਤ ਸਾਰੀਆਂ ਭੈਣਾਂ ਨੇ ਪਾ ਦੱਸੇ, ਧੰਨਵਾਦ ਭੈਣੋ ਤੁਹਾਡਾ ਸਾਰੀਆਂ ਦਾ, ਅਤੇ ਜੇ ਨਾ ਵਧੀ ਆਪਾਂ ਸਾਰਾ ਕੁਛ ਪਾ ਕੇ ਦੇਖਾਂਗੇ ਤਾਂ ਵੱਧ ਹੀ ਜਾਂਦੀ ਹੈ, ਹੁਣ ਤਾਂ ਮੌਸਮ ਦਾ ਫਰਕ ਪੈ ਗਿਆ ਹੈ ਨਾ, ਠੰਡ ਹੋ ਗਈ ਰਾਤ ਦੀ, ਤਾਂ ਦਿਨ ਦੀ ਗਰਮੀ ਰਹੇਗੀ, ਅਤੇ ਹੁਣ ਤਾਂ ਪਸ਼ੂ ਦੁੱਧ ਵਧਣਗੇ। ਚਲੋ ਜੀ ਆਪਾਂ ਕੱਦੂ ਸਿੱਲ ਲਈਏ, ਚੀਰ ਲਈਏ, ਧੋ ਲਈਏ, ਹੁਣ ਸਿੱਲ ਕੇ ਮੈਂ ਧੋ ਕੇ ਲਿਆਊਂਗੀ, ਬਾਅਦ ਦੇ ਵਿੱਚ ਮੈਂ ਚੀਰੂੰਗੀ, ਫਿਰ ਮਿਲ ਜਾਂਦਾ, ਠੀਕ ਹੈ ਜੀ। ਲਓ ਜੀ ਜਿਹੜਾ ਟਾਈਮ ਆ ਹੁਣ ਇਹ 5 ਵੱਜ ਗਏ ਨੇ, ਕਿਉਂਕਿ ਪਤਾ ਨਹੀਂ ਕੀ ਹੋ ਜਾਵੇ ਪ੍ਰੋਬਲਮ, ਕੋਈ ਵੀਡੀਓ ਦੀ ਆਵਾਜ਼ ਬੰਦ ਹੋ ਜਾਂਦੀ ਹੈ, ਇੱਥੇ ਮੈਂ ਵੈਸ ਓਵਰ ਕਰ ਰਹੀ ਹਾਂ, ਅਤੇ 5 ਵੱਜ ਗਏ, ਅਤੇ ਸਬਜ਼ੀ ਨੂੰ ਵੀ ਕਬੇੜਾ ਹੋ ਗਿਆ, ਸਾਰੇ ਕੰਮਾਂ ਨੂੰ ਬਹੁਤ ਹੀ ਕਬੇੜਾ ਹੋ ਗਿਆ, ਕਿ 5 ਵਜੇ ਮੈਂ ਧਾਰਾਂ ਕੱਢਣ ਲੱਗ ਜਾਣੀ ਆ, ਅੱਜ ਹਜੇ ਗੋਹਾ ਵੀ ਸਿੱਟਣ ਵਾਲਾ ਪਿਆ, ਪਾਣੀ ਵੀ ਪਿਆਉਣ ਵਾਲਾ ਪਿਆ, ਸਬਜ਼ੀ ਵੀ ਬਣਾਉਣ ਵਾਲੀ ਪਈ ਹੈ, ਇੱਥੇ ਮੈਂ ਅੱਗ ਮਚਾਉਣੀ ਹਾਂ ਚੁੱਲ੍ਹੇ ਦੇ ਵਿੱਚ, ਸਬਜ਼ੀ ਧਰਾਂਗੇ ਆਪਾਂ ਘੀਆ ਕੱਦੂ, ਅਤੇ ਬਸ ਕੋਈ ਨਾ ਕੋਈ ਪ੍ਰੋਬਲਮ ਹੋ ਹੀ ਜਾਂਦੀ ਹੈ ਖੜ੍ਹੀ, ਆਪਣੇ ਰਿਸ਼ਤੇਦਾਰ ਆ ਗਏ ਸੀ ਭੈਣ ਭਾਈ, ਅਤੇ ਆਪਾਂ ਉਹਨਾਂ ਕੋਲ ਬਹਿ ਗਏ, ਗੱਲੀ ਬਾਤੀ ਕਰਨ ਲੱਗ ਗਏ, ਆਪਦਾ ਵੀ ਆਪਦਾ ਕੰਮ ਛੱਡ ਕੇ ਆਉਂਦਾ, ਅਤੇ ਇੱਥੇ ਮੈਂ ਪਤੀਲਾ ਧੋ ਕੇ ਅੱਗ ਮਚਾ ਕੇ, ਅਤੇ ਇੱਥੇ ਬੀਬੀ ਦੀ ਡਿਊਟੀ ਲਾਊਂ ਸਬਜ਼ੀ 'ਤੇ, ਕਿਉਂਕਿ ਹੁਣ ਕਵੇਲਾ ਬਹੁਤ ਹੋਇਆ ਪਿਆ, ਸਾਰਾ ਕੰਮ ਕਹਿੰਦੇ ਹੁੰਦੇ ਨੇ ਵੇਲੇ ਦੇ ਕੰਮ, ਕਵੇਲੇ ਦੇ ਟੱਕਰਾਂ, ਅੱਜ ਤਾਂ ਬਹੁਤ ਹੀ ਕਵੇਲਾ ਹੋ ਗਿਆ, ਹਜੇ ਮੱਝ ਦਾ ਦਾਣਾ ਦੂਣਾ ਵੀ ਧਾਰਨਾ, ਰੇਠੀ ਲੂਟੀ ਰਿੰਨਣੀ ਹੈਗੀ, ਸਬਜ਼ੀ ਬਣਾ ਲਈ, ਤਾਂ ਹੀ ਚੁੱਲ੍ਹੇ 'ਤੇ ਅੱਗ ਮਚਾਈ ਨੇ, ਮਗਰੋਂ ਲੇਟੀ ਬਣ ਜੂਗੀ ਮੱਝ ਦੀ, ਅਤੇ ਆਪਣੇ ਛੋਲੇ ਜਿਹੜੇ ਲਿਆਂਦੇ ਸੀ ਮੱਝ ਲਈ ਉਹ ਖਤਮ ਹੋ ਗਏ, ਅਤੇ ਅੱਜ ਆਪਾਂ ਲੇਟੀ ਰਿੰਨਾਂਗੇ, ਤੜਕੇ ਨੂੰ ਠੰਡੀ ਹੋ ਜੂਗੀ, ਸਵੇਰੇ ਭੁੱਖੇ ਭੁੱਖੇ ਨੂੰ ਖਵਾ ਦੇਵਾਂਗੇ। ਲਓ ਜੀ ਇੱਥੇ ਮੈਂ ਬੀਬੀ ਨੂੰ ਕਹਿ ਰਹੀ ਹਾਂ ਵੀ ਸਬਜ਼ੀ ਨੂੰ ਤੜਕਾ ਲਾ ਦੇ, ਅਤੇ ਇਸ ਕਰਕੇ ਚਲੋ ਵਾਲ ਮਿਲ ਕੇ ਭੱਜ ਦੌੜ ਕੇ ਹੋ ਜੂ ਕੰਮ, ਅਤੇ ਕਿੱਥੇ ਆਪਾਂ ਸੁਤੇ ਸੁਬਾਹ ਹੌਲੀ ਹੌਲੀ ਕਰਨਾ ਹੈ ਨਾ, ਦਮ ਲੈ ਲੈ ਕੇ ਹੁਣ ਦੌੜ ਭੱਜ ਕਰਾਂਗੇ ਆਪਾਂ ਕੰਮਾਂ ਦੀ।
ਤੇ ਲੋ ਜੀ ਹੁਣ ਮੈਂ ਆ ਬੱਚਿਆਂ ਲਈ ਸਵੇਰੇ ਬਾੜ ਕਰੇਲੇ ਥੋੜੇ ਜਿਹੇ ਲੱਭ ਗਏ ਸੀ ਇੱਕ ਪਿਆਜ਼ ਪਾ ਕੇ ਤੇ ਆਪਾਂ ਸਬਜ਼ੀ ਬਣਾਵਾਂਗੇ ਇੱਥੇ ਕੈਂਪਰ 'ਚ ਅੱਜ ਬਰਫ਼ ਵੀ ਨਹੀਂ ਪਾਈ ਅੱਗੇ ਮੈਂ 3 ਵਜੇ 4 ਵਜੇ ਪਾ ਲਾਂਗੀ ਬਸ ਅੱਜ ਹੈ ਨਾ ਆਪਣੇ ਰਿਸ਼ਤੇਦਾਰ ਆਇਆ ਕਰਕੇ ਬਰਫ਼ ਵੀ ਨਹੀਂ ਪਈ ਹੈਗੀ ਤੇ ਲੋ ਜੀ ਇੱਕ ਡੋਂਗਾ ਮੈਂ ਧਰ ਦਿੱਤਾ ਸਵੇਰ ਵਾਲਾ ਉਹਦੇ ਵਿੱਚ ਹੀ ਪਿਆ ਸੀ ਤੇ ਹੁਣ ਇੱਥੇ ਆਪਾਂ ਬਰਫ਼ ਪਾ ਕੇ ਕੈਂਪਰ 'ਚ ਅਤੇ ਆਪਾਂ ਜਾਂਦੇ ਮੱਝਾਂ ਵੱਲ ਅਤੇ ਬਹੁਤ ਸਾਰੇ ਕੰਮ ਹੋ ਜਾਂਦੇ ਨੇ ਇੱਕ ਕੰਮ ਕਰਦੇ ਕਰਦੇ ਅਸੀਂ ਨਹੀਂ ਪਤਾ ਵੀ ਕਿੰਨੇ ਕੰਮ ਨਿਕਲਦੇ ਨੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਨੇ ਗਿਣਤੀ ਦੇ ਵਿੱਚ ਨਹੀਂ ਆਉਂਦੇ ਕੰਮ ਛੋਟੇ ਛੋਟੇ ਅਤੇ ਪਿਆਸ ਵੀ ਬਹੁਤ ਲੱਗੀ ਪਈ ਸੀਗੀ ਅਤੇ ਮੈਂ ਪਾਣੀ ਪੀ ਕੇ ਫਿਰ ਆਪਾਂ ਜਾਵਾਂਗੇ ਮੱਝਾਂ ਵੱਲ ਅਤੇ ਬੀਬੀ ਲਾਉਣ ਲੱਗ ਗਈ ਹੈ ਤੜਕਾ ਇੱਧਰ ਅਤੇ ਚਲੋ ਜੀ ਆਪਾਂ ਹੁਣ ਦੇਖਦੇ ਹਾਂ ਅੱਗੇ ਕੀ ਕੰਮ ਕਰਦੇ ਹਾਂਗੇ ਅਤੇ ਕੰਮਾਂ ਦਾ ਤਾਂ ਵਾਰਾ ਸਾਰਾ ਨਹੀਂ ਆਉਂਦਾ ਸਾਰਾ ਦਿਨ ਇਹ ਮੇਰੇ ਇਕੱਲੀ ਨਾਲ ਹੀ ਨਹੀਂ ਅਤੇ ਕਿਉਂਕਿ ਜਦੋਂ ਆਪਣੇ ਕੋਈ 8 ਨੇ 4 ਵਜੇ ਤੋਂ ਬਾਅਦ ਕੋਈ ਰਿਸ਼ਤੇਦਾਰ ਆ ਜਾਏ ਸਾਰੀਆਂ ਭੈਣਾਂ ਨਾਲ ਹੀ ਹੈ ਨਾ ਭੱਜ ਦੌੜ ਹੋ ਜਾਂਦੀ ਹੈ ਕੰਮਾਂ ਦੀ ਅਤੇ ਲਓ ਜੀ ਆਪਾਂ ਚੱਲੇ ਹੁਣ ਪਾਣੀ ਦਾ ਗਲਾਸ ਆਪਾਂ ਪੀ ਲਿਆ ਅਤੇ ਆਪਾਂ ਚੱਲੇ ਮੱਝਾਂ ਵੱਲ ਅਤੇ ਥੋੜ੍ਹੇ ਥੋੜ੍ਹੇ ਨਾਲ ਹੀ ਹਨੇਰਾ ਹੋ ਜਾਂਦਾ ਹੁਣ ਦਿਨ ਵੀ ਛੇਤੀ ਛੇ ਪੈਣ ਲੱਗ ਗਏ ਅਤੇ ਅੱਜ ਨਾ ਸਵੇਰੇ ਮੈਨੂੰ ਪਤਾ ਨਹੀਂ ਲੱਗਿਆ ਆਹ ਮੇਰਾ ਫੇਵਰੇਟ ਸੂਟ ਸੀ ਜਿਹੜਾ ਇਹ ਫਟ ਗਿਆ ਗਾ ਇਹਦੇ ਵਿੱਚ ਆਰਾਮਦਾਇਕ ਸੀ ਗਰਮੀ ਜਮ੍ਹਾਂ ਨਹੀਂ ਸੀ ਆਉਂਦੀ ਚਲੇ ਹੁਣ ਪਾਉਣ ਵਾਲਾ ਤਾਂ ਰਿਹਾ ਨਹੀਂ ਛੁੱਟੀ ਤਾਂ ਹੋ ਗਿਆ ਸੂਟ ਅਤੇ ਚਲੋ ਜੀ ਹੁਣ ਮੈਂ ਟੈਂਕੀ ਪਾਣੀ ਦੀ ਪਹਿਲਾਂ ਵਿੱਚ ਦੀ ਭਰ ਗਈ ਸੀ ਵੀ ਲਾਈਟ ਨਾ ਚਲੀ ਜਾਵੇ ਕਿ ਲਾਈਟ ਤਾਂ ਨਹੀਂ ਜਾਂਦੀ 5-4 ਮਿੰਟ ਜਾਂਦੀ ਹੈ ਲਾਈਟ ਅਤੇ ਇੱਥੋਂ ਬੱਠਲ ਚੱਕ ਕੇ ਨਾਲ ਦੀ ਨਾਲ ਮੈਂ ਮੱਝਾਂ ਦਾ ਗੋਹਾ ਸਿੱਟੂੰਗੀ ਨੇ ਪਾਣੀ ਲਾਊਂਗੀ ਫੇਰ ਅਤੇ ਪੂਰਾ ਭੱਜਣਾ ਪਊ ਅੱਜ ਤਾਂ ਫਿਰ ਕੰਮ ਨਿਬੜਨਗੇ ਉੱਧਰੋਂ ਵਿਚਾਰੀ ਕੱਟੀ ਵੀ ਭੁੱਖੀ ਹੈ ਕਿਤੇ ਇਹੋ ਜਿਹੇ ਵੇਲੇ ਮੈਂ ਕੱਟੀ ਨੂੰ ਦੁੱਧ ਪਿਆ ਕੇ ਧਾਰ ਕੱਢ ਲਾਂ ਨਹੀਂ ਹੁੰਦੀ ਸੀ ਸੱਜਣ ਮੱਝ ਦੀ ਅਤੇ ਮੱਝ ਵੀ ਚੱਕ ਹੀ ਜਾਂਦੀ ਹੈ ਵੀ ਅੱਜ ਮੈਨੂੰ ਚੋਇਆ ਨਹੀਂ ਕੱਟੀ ਵੀ ਦੇਖ ਕੇ ਖੜੀ ਹੋ ਗਈ ਵੀ ਉਹਨੂੰ ਛੱਡੂਗੀ ਕਿਉਂਕਿ ਜਦੋਂ ਆਪਣਾ ਹੈ ਨਾ ਕੋਈ ਵੀ ਪੱਕਾ ਟਾਈਮ ਹੋਵੇ ਟਾਈਮ ਅੱਜ ਖੁੰਝ ਗਿਆ ਮੱਝ ਦਾ ਪਹਿਲਾਂ ਇਸ ਨੂੰ ਪਾਣੀ ਧਿਆਉਣ ਆਉਂਗੀ ਤੁਰਦੀ ਫਿਰਦੀ ਨੇ ਦੁੱਧ ਪਿਆ ਨੂੰ ਕੱਟੀ ਨੂੰ ਮੈਂ ਗੋਹਾ ਸਿੱਟ ਲੂੰਗੀ ਅਤੇ ਕਈ ਕੰਮ ਇਕੱਠੇ ਵਿੱਢਣੇ ਪੈਣਗੇ ਅੱਜ ਫਿਰ ਆਪਣੇ ਕੰਮ ਨੇ ਜਿਹੜੇ ਉਹ ਨਿਬੜਨਗੇ ਲਓ ਜੀ ਆਪਾਂ ਮੱਝਾਂ ਨੂੰ ਪਾਣੀ ਮੱਝ ਨੂੰ ਪਾਣੀ 'ਤੇ ਲਾ ਕੇ ਆਪਾਂ ਕਰਦੇ ਹਾਂ ਆਪਣਾ ਅਗਲਾ ਕੰਮ ਅਤੇ ਪਤਾ ਨਹੀਂ ਇਹ ਕਦੇ ਕਦੇ ਪ੍ਰੋਬਲਮ ਹੋ ਜਾਂਦੀ ਹੈਗੀ ਅਤੇ ਮੋਬਾਈਲ 'ਚ ਪਤਾ ਨਹੀਂ ਕੀ ਸਾਨੂੰ ਵੀ ਨਹੀਂ ਸਮਝ ਆ ਰਹੀ ਆਵਾਜ਼ ਬੰਦ ਹੋ ਜਾਂਦੀ ਹੈ ਕਿਉਂਕਿ ਫਿਰ ਵੈਸ ਓਵਰ ਕਰਨੀ ਪੈਂਦੀ ਹੈਗੀ ਵੀਡੀਓ ਦੇ ਵਿੱਚ ਲਓ ਜੀ ਹੁਣ ਮੈਂ ਆਪਦਾ ਅਗਲਾ ਕੰਮ ਕਰਦੀ ਹਾਂ ਕਿਉਂਕਿ ਮੱਝ ਨੇ ਅੱਜ ਪਾਣੀ ਚੱਜ ਨਾਲ ਪੀਂਦੀ ਨਹੀਂ ਫਿਰ ਇਹਨੂੰ ਬੰਨ ਕੇ ਦੂਜੀਆਂ ਮੱਝਾਂ ਰੱਜ ਕੇ ਪਾਣੀ ਪੀਣਗੀਆਂ ਲਓ ਜੀ ਮੱਝ ਪਾਣੀ ਪੀਂਦੀ ਹੈ ਅਤੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਜੇਕਰ ਚੈਨਲ 'ਤੇ ਪਹਿਲੀ ਵਾਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਗੋਂ ਬਾਹਰ ਵੀਡੀਓ ਨਹੀਂ ਬਣਦੀ ਅੱਜ ਦੀ ਵੀਡੀਓ 'ਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ